ਬਰਮਿੰਗਮ ਕੋਇੰਟਰੀ ਦੀ ਇਸ ਧਰਤੀ ਤੇ ਮੈਨੂੰ ਪਹਿਲੇ ਵੀ ਆਉਣ ਦਾ ਮੌਕਾ ਮਿਲਿਆ ਮੈਂ 2010-11 'ਚ ਆਇਆ ਸੀ ਉਦੋਂ ਇਸ ਵੇਲੇ ਮੈਂ ਜਿਹੜੀ ਮੇਰੀ 1984 ਸੀ ਕਤਲੇਆਮ ਦੇ ਉੱਤੇ ਮੈਂ ਕਿਤਾਬ ਲਿਖੀ ਸੀ ਉਹ ਜਾਰੀ ਕਰਨ ਲਈ ਮੈਂ ਆਇਆ ਸੀ ਉਦੋਂ ਵੀ ਇੱਥੋਂ ਮੈਨੂੰ ਬੜਾ ਹੁੰਗਾਰਾ ਮਿਲਿਆ ਸੀ ਕੋਇੰਟਰੀ ਤੋਂ ਲੈਸਟਰ ਤੋਂ ਅਤੇ ਅੱਜ ਕਾਫੀ ਸਮੇਂ ਬਾਅਦ ਮੈਂ ਤੁਹਾਡੇ ਅੱਗੇ ਆਮ ਆਦਮੀ ਪਾਰਟੀ ਦੇ MLA ਦੇ ਤੌਰ 'ਤੇ ਖੜਾ ਮੈਂ ਸਿਰਫ ਆਮ ਆਦਮੀ ਪਾਰਟੀ ਦੇ ਇੱਕ ਮੈਂਬਰ ਦੇ ਤੌਰ 'ਤੇ ਨਹੀਂ ਇੱਕ ਸਿੱਖ ਹੋਣ ਦੇ ਤੌਰ 'ਤੇ ਇੱਕ ਪੰਜਾਬੀ ਹੋਣ ਦੇ ਤੌਰ 'ਤੇ ਵੀ ਤੁਹਾਡੇ ਸਾਹਮਣੇ ਆਇਆ ਕਈ ਵਾਰ ਕਹਿ ਦਿੰਦੇ ਹੁੰਦੇ ਕਿ ਸੱਤਾ ਨਾਲ ਕਿਉਂ ਟਕਰਾਉਣਾ ਹਕੂਮਤ ਦੀ ਖਿਲਾਫਤ ਕਿਉਂ ਕਰਨੀ ਹੈ ਕਈ ਵਾਰ ਇਹ ਸਵਾਲ ਖੜਾ ਹੁੰਦਾ ਕਹਿੰਦੇ ਜਿਹੜੇ ਧਰਮੀ ਹੈ ਉਹ ਧਰਮ ਕਮਾਉਣ ਉਹਨਾਂ ਨੂੰ ਕੀ ਮਤਲਬ ਆ ਕਿ ਉਹ ਹਕੂਮਤ ਦੇ ਖਿਲਾਫ ਖੜੇ ਹੋਣ ਮੈਂ ਇੱਥੇ ਗੱਲ ਸ਼ੁਰੂ ਕਰਨੀ ਚਾਹੁੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਿਆਰ ਵੰਡੇ ਹੈ ਉਦਾਸੀਆਂ ਕੀਤੀਆਂ ਜਗਤ ਜਲੰਧਰ ਨੂੰ ਠਾਰਨ ਵਾਸਤੇ ਤੁਰੇ ਨੇ ਪਰ ਉੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਬਾਬਰ ਨੇ ਹਮਲਾ ਕੀਤਾ ਔਰ ਬਾਬਰ ਨੇ ਜ਼ੁਲਮ ਦੀ ਹਨੇਰੀ ਚਲਾਈ ਹੈ ਇੱਕ ਐਸਾ ਰਾਜ ਖੜਾ ਕਰ ਦਿੱਤਾ ਹੈ ਜਿਹੜਾ ਜ਼ੁਲਮ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਧਰਮ ਦਾ ਇਹ ਹੈ ਕਿ ਇਸ ਜ਼ੁਲਮ ਦਾ ਵਿਰੋਧ ਕੀਤਾ ਜਾ ਉਹਨਾਂ ਨੇ ਕਿਹਾ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਅੱਜ ਵੀ ਜੇ ਦੇਖ ਲਓ ਪੰਜਾਬ ਦੇ ਵਿੱਚ ਤੇ ਸ਼ਰਮ ਧਰਮ ਰਹਿ ਨਹੀਂ ਗਿਆ ਸਰਕਾਰ 'ਚ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾਲੋ ਸ਼ੈਤਾਨ ਨੂੰ ਸ਼ੈਤਾਨ ਕਹਿਣਾ ਧਰਮ ਹੈ ਕਈ ਲੋਕ ਕਹਿ ਦਿੰਦੇ ਆ ਕਿ ਨਹੀਂ ਇਹ ਕੰਮ ਨਹੀਂ ਪਰ ਮਹਾਰਾਜ ਨੇ ਕਿਹਾ ਸਿੱਧਾਂ ਨੇ ਪੁੱਛਿਆ ਨਾ ਮਾਤ ਲੋਕ ਮੈਂ ਕਿਆ ਵਰਤਾਰਾ ਤੇ ਮਹਾਰਾਜ ਕਹਿੰਦੇ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਜੇ ਜਗਤ ਨੂੰ ਪਾਰ ਨਹੀਂ ਉਤਾਰ ਸਕਦੇ ਜੇ ਜਗਤ ਦੀ ਪੀੜਾ ਨੂੰ ਨਹੀਂ ਲੈ ਸਕਦੇ ਜੇ ਜ਼ੁਲਮ ਦੀ ਹਕੂਮਤ ਦੇ ਖਿਲਾਫ ਨਹੀਂ ਖੜੇ ਹੋ ਸਕਦੇ ਫਿਰ ਤੁਸੀਂ ਧਰਮੀ ਵੀ ਨਹੀਂ ਹੋ ਸਕਦੇ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ ਕੂੜ ਮਾਵਸ ਸੱਚ ਚੰਦਰਮਾ ਦਿਸੇ ਨਾਈ ਕਹਿ ਚੜਿਆ ਹੋ ਭਾਲ ਵਿਕੁੰਨੀ ਹੋਈ ਅੰਧੇਰ ਹੈ ਰਾਹ ਨਾ ਕੋਈ ਮਹਾਰਾਜ ਨੇ ਕਿਹਾ ਹਨੇਰ ਹੋਇਆ ਪਿਆ ਰਾਹ ਨਾ ਕੋਈ ਵਿੱਚ ਹੋਮੇ ਕਰ ਦੁੱਖ ਰੋਈ ਕਹੋ ਨਾਨਕ ਕਿਨ ਵਿਦਗਤ ਹੋਈ ਰਾਜੇ ਸਿੰਘ ਮੁਕੱਦਮ ਕੁੱਤੇ ਚਾਏ ਜਗਾਇਨ ਬੈਠੇ ਸੁੱਤੇ ਮੈਂ ਗੱਲ ਇਸ ਕਰਕੇ ਕੀਤੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਤੀ ਸਾਡੇ ਹਿਰਦੇ ਵਿੱਚ ਬੜਾ ਪਿਆਰ ਹੈ ਪਰ ਮਹਾਰਾਜ ਨੇ ਇਹਨਾਂ ਹਕੂਮਤਾਂ ਦੇ ਖਿਲਾਫ ਇਸ ਜ਼ੁਲਮ ਦੇ ਖਿਲਾਫ ਖੜੇ ਹੋਏ ਨੇ ਤੇ ਖੜੇ ਹੋਣ ਵਾਸਤੇ ਕਿਹਾ ਧਰਮੀ ਉਹ ਹੁੰਦਾ ਜਾਂ ਖੜਾ ਹੋਵੇ ਪਰ ਅੱਜ ਸਮਾਂ ਐਸਾ ਆ ਗਿਆ ਕਿ ਬਾਬਰ ਕਿਆਂ ਦੇ ਖਿਲਾਫ ਬਾਬੇ ਨੂੰ ਖੜਾ ਹੋਣਾ ਪਿਆ ਅੱਜ ਬਾਦਲ ਕਿਆਂ ਦੇ ਖਿਲਾਫ ਸਾਨੂੰ ਖੜੇ ਹੋਣਾ ਪੈਣਾ ਮੈਂ ਉਹਨੂੰ ਅਕਾਲੀ ਦਲ ਨਹੀਂ ਕਹਿੰਦਾ ਮੈਂ ਉਹਨੂੰ ਬਾਦਲ ਦਲ ਕਹਿੰਦਾ ਜੇ ਪੰਥ ਦੀ ਸੋਚ ਹੁੰਦੀ ਇਹਦੇ ਵਿੱਚ ਤੇ ਪੰਥ ਕੀ ਕਹਿੰਦਾ ਮਹਾਰਾਜ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਕਿਸੇ ਦਾ ਹੱਕ ਮਾਰ ਕੇ ਖਾਣਾ ਇਹ ਮੁਰਦਾ ਖਾਣ ਦੇ ਬਰਾਬਰ ਹੈ ਤੇ ਅੱਜ ਪੰਜਾਬ ਦੇ ਵਿੱਚ ਹਰੇਕ ਦਾ ਹੱਕ ਮਾਰਿਆ ਜਾਂਦਾ ਹੈ ਇਹ 10 ਸਾਲ ਤੋਂ ਜਿਹੜੀ ਸੱਤਾ ਚੱਲ ਰਹੀ ਹੈ ਕੋਈ ਦੱਸ ਦੇਵੇ ਉਹਦਾ ਹੱਕ ਨਹੀਂ ਮਾਰੇ ਕਿਸਾਨ ਦਾ ਹੱਕ ਮਾਰਿਆ ਜਾਂਦਾ ਹੈ ਮਜ਼ਦੂਰ ਦਾ ਹੱਕ ਮਾਰਿਆ ਜਾਂਦਾ ਹੈ ਡਾਕਟਰਾਂ ਦਾ ਹੱਕ ਮਾਰਿਆ ਜਾਂਦਾ ਹੈ ਉਹ ਅਧਿਆਪਕ ਵਿਚਾਰੇ ਰੋਂਦੇ ਫਿਰਦੇ ਉਹਨਾਂ ਦਾ ਹੱਕ ਮਾਰਿਆ ਜਾਂਦਾ ਕਿਹੜਾ ਬੰਦਾ ਜਿਹਦਾ ਹੱਕ ਨਹੀਂ ਮਾਰਿਆ ਜਾਂਦਾ ਸਾਰਿਆਂ ਦਾ ਹੱਕ ਮਾਰਿਆ ਜਾਂਦਾ ਕਦੇ ਤੱਕੜੀ 13-13 ਤੋਲਦੀ ਸੀ ਇਹਨਾਂ ਨੇ ਕਿ ਪੰਥ ਦੀ ਤੱਕੜੀ ਗੁਰੂ ਨਾਨਕ ਦੀ ਤੱਕੜੀ ਹੈ ਅੱਜ ਨਸ਼ਾ ਤੋਲਦੀ ਫਿਰਦੀ ਹੈ ਉਹ ਮੇਰਾ ਮੇਰਾ ਤੋਲਦੀ ਫਿਰਦੀ ਆ ਵੀ ਮੇਰਾ ਔਰਬਿਟ ਦੀਆਂ ਬੱਸਾਂ ਵੀ ਮੇਰੀਆਂ ਆ PTC ਚੈਨਲ ਵੀ ਮੇਰਾ ਆ ਸਾਰਾ ਕੁਝ ਮੇਰਾ ਤੇ ਇਸ ਕਰਕੇ ਪੰਥ ਦੀ ਸੋਚ ਕੋਈ ਨਹੀਂ ਇਹ ਬਾਦਲ ਦਲੀਏ ਨੇ ਇਹ ਪੰਥ ਨਹੀਂ ਨੇ ਇਹ ਅਕਾਲੀ ਨਹੀਂ ਨੇ ਅਕਾਲੀ ਤਾਂ ਮੋਰਚੇ ਲਾਇਆ ਕਰਦੇ ਸੀ ਅਕਾਲੀਆਂ ਨੇ ਤੇ ਪੰਜਾਬ ਦੇ ਲਈ ਲੜਾਈਆਂ ਲੜੀਆਂ ਇਹ ਬਾਦਲ ਦਲ ਬਣ ਚੁੱਕਾ ਹੈ ਇੱਕ ਪਾਸੇ ਇਹ ਫਿਰ ਕਹਿੰਦੇ ਸੀ ਪੰਥ ਆ ਪਰ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਕਿ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਹੋ ਜੰਮ ਪਕੜ ਚਲਾਈਆਂ ਭਾਈ ਇਹ ਨਸ਼ੇ ਨਹੀਂ ਕਰਨੇ ਅੱਜ ਇਹ ਨਸ਼ੇ ਕਰਾਉਂਦੀ ਇਹਨਾਂ ਦੀ ਸਰਕਾਰ ਕੋਈ ਮਾਂ ਆਪਣੇ ਪੁੱਤ ਨੂੰ ਜ਼ਹਿਰ ਨਹੀਂ ਦਿੰਦੀ
सुनते हैं लालू ने यह करता भी करप्शन करता चारा खा गया, कहीं सुनते हैं अगली सरकार ने यह करता, पर कभी यह नहीं सुनिया कि एक सरकार ते उदे मंत्री अपनी ही जनता नू नशा देने लग पे। 6,000 करोड़ का सिंथेटिक ड्रग्स का स्कैम जिदे विच बिक्रमजीत सिंह मजीठिया का ना आया, इहदी बकायदा पूछताछ हुई है। वो भावे जिहड़ा भोला अंदर बंद है उन्हूं पुछ के वेख लवो, और जिन्हें ड्रग समगलर है उन्होंने पुछ के देख लवो कौन इन्हों के पिछे है। कदे 1984 के 84 के कतलेआम की विधवावां की कलोनी वसी तिलक विहार के दिल्ली के, अज नशे नाल पीड़ित जिहड़े मर गए उन्हों की विधवावां की कलोनी बस गई दरबार साहब तो 2 किलोमीटर दूर मकबूलपुरे। कदे जाके देखो, मैं फतू ढींगा पिंड में सीगा, 2014 का लोग सभा का इलैक्शन सी, भाई बलदीप सिंह लड़ रहे थे खडूर साहब की, मैं कंपेन कर गया, एक मुंडे ने हाथ जोड़े कहिंदा सानू चिट्टे तो बचाओ, 16-17 साल का मुंडा होना, मैं क्या की गल चिट्टा की हुंदा, कहिंदा सिंथेटिक ड्रग्स हेरोइन स्मैक, मैं क्या की गल हो गया, रोंदा सी उहदी अखां च हंझू सी, मैं तो वेखे ना, कहिंदा मेरे पिंड दे विच एक महीने दे विच मेरे 3 बेली नकली सिंथेटिक ड्रग्स दे टीके ला के मर गए, मैं चौथे दी अर्थी नू मोटा नहीं दे सकता। मैनू लगा जिदा पंजाब कुरलाउंदा पिया, जिदा पंजाब दी जवानी खड़ी होके कुरलाउंदी पई है, यह अज सच्चाई है, एम्स दी रिपोर्ट है। मैं उस डॉक्टर नाल गल की, NDTV ते मैनू मिलिया, उहदे विच उड़ता पंजाब दे उत्ते डिस्कशन चल रही सी, उह मैनू दस्सिया कहिंदा जदों मैं सर्वे कीता पंजाब दे विच, उस वेले जो सर्वे कीता कहिंदा 5 तों 6 साल पहला जिहड़ी इंजेक्टिबल ड्रग्स हुंदी सी उह 5-6 हज़ार मुंडे यूज करदे सी, अज वह 70 तों 80 हज़ार ते पहुँच गए ने। इंजेक्टिबल ड्रग्स लैन नाल, इक्को इंजेक्शन लैन नाल HIV एड्स भी वध रहे, यह नसल कुशी है। कदे साडी नसल कुशी होई, कदे 84 च होई, यह साइलेंट जिनोसाइड चल रहा, और साइलेंट जिनोसाइड चला रही है अज दी सरकार, यह साइलेंट जिनोसाइड चला रही है यह बादल दी सरकार, जिदे विच इन्हां दे मंत्री भी शामिल ने। अज पंजाब बर्बाद करके रखता, 1,35,000 करोड़ का कर्जा सिर दे उत्ते पंजाब दे उत्ते। मैं कहना अज भी इत्थों खड़ा होके, बादल साहब तुहानू माफ कर देंगे अपनी जायदादां विचों, ते 1,35,000 करोड़ का कर्जा पंजाब दे सिर तों मुका दिओ, असीं तुहानू माफ कर देंगे। अज तुहाडी दिल्ली विच सरकार है, दिल्ली दे विच अज मोदी दी सरकार है, कहिंदे बादल साहब तो हुण SYL का इशू कढ़दे आ, उह कहिंदे पंजाब दे पाणियां दा इशू कढ़दे आ, उह मोदी दी सरकार है, हरियाणे विच तुहाडी BJP दी सरकार है, ते पंजाब विच BJP अकालियां दी सरकार, तिन्ने सरकारां तुहाडियां ने। कहो मोदी नूं जाके कि सारे केस वापस लै लवे सुप्रीम कोर्ट तो, ते पंजाब दा पाणी पंजाब नूं दे देंगे। एक ही ड्रामा कर दिओ कि हुण SYL दा इशू चुकांगे असीं पंजाब दे पाणियां दा, हुण 10 साल सुते हुए होगे तां तुहानूं याद नहीं आया, तां तुहानूं चंडीगढ़ याद नहीं आया, तां तुहानूं कुछ होर याद नहीं आउंदा, जदों इलैक्शन दा वेला आउंदा ते गल करदे हो। पंजाब दे पाणियां दे उत्ते पंजाब दा हक है, उहदे नाल धोखा होया, ते आम आदमी पार्टियां दे नाल खड़ी है। ਇਹ ਅੱਜ ਝੂਠ ਬੋਲਦੇ ਆ, ਝੂਠ ਦੀਆਂ ਦੁਕਾਨਾਂ ਚਲਾਉਂਦੇ ਆ, ਅੱਜ ਕੈਂਸਰ ਦੀ ਟ੍ਰੇਨ ਚੱਲਦੀ ਹੈ, ਬੀਕਾਨੇਰ ਜਾਂਦੀ ਹੈ, ਹਾਲਾਤ ਕੀ ਹੋ ਚੁੱਕੇ ਨੇ, ਸ਼ਰਮ ਆਉਂਦੀ ਹੈ। ਜਦੋਂ ਮੈਂ ਵੀ TV ਦੇ ਉੱਤੇ ਗੱਲ ਕਰਦਾ ਸੀ, ਸੱਚ ਕਹਾਂ ਮੈਨੂੰ ਕਹਿਣਾ ਤਾਂ ਪੈਂਦਾ ਸੀ ਕਿ ਪੰਜਾਬ 'ਚ ਨਸ਼ਾ ਹੈ, ਬੇਰੁਜ਼ਗਾਰੀ ਹੈ, ਅਨਇੰਪਲੋਇਮੈਂਟ ਹੈ, ਪਰ ਦਿਲ ਬੜਾ ਦੁਖਦਾ ਸੀ ਅੰਦਰੋਂ, ਕਿਤੇ ਨਾ ਕਿਤੇ ਕਦੇ ਦਾਰਾ ਸਿੰਘ ਇੱਥੋਂ ਨਿਕਲਿਆ, ਕਦੇ ਮਿਲਖਾ ਸਿੰਘ ਇੱਥੋਂ ਨਿਕਲਿਆ, ਕਦੇ ਉਹ ਧਰਤੀ ਪ੍ਰਗਟ ਸਿੰਘ ਵਰਗੇ ਜਿਹਨਾਂ ਹਾਕੀ ਵੀ ਖੇਡੀ ਉਸ ਵੇਲੇ ਪੂਰੀ ਟੀਮ ਹੁੰਦੀ ਸੀ। ਅੱਜ ਕੀ ਹੋ ਗਿਆ, ਹਰਿਆਣਾ ਆਜ਼ਾਦ ਮੈਡਲ ਲੈ ਗਿਆ, ਅਸੀਂ ਪਿੱਛੇ ਰਹਿ ਗਏ, ਕੀ ਹੋ ਗਿਆ? ਇਹ ਸੱਚ ਜਾਣ, ਅੱਜ ਕਹਿੰਦੇ ਆਮ ਆਦਮੀ ਪਾਰਟੀ ਨੂੰ ਐਂਟੀ ਸਿੱਖ, ਐਂਟੀ ਪੰਜਾਬ। ਦਿੱਲੀ ਦੇ ਵਿੱਚ ਪੰਜਾਬੀ ਨੂੰ ਅਸੀਂ ਲਾਗੂ ਕਰਾ ਦਿੱਤਾ ਹੈ ਪੂਰੇ ਸਕੂਲਾਂ ਦੇ ਵਿੱਚ। ਪਹਿਲਾਂ ਜਿੱਥੇ 300 ਤੋਂ 500 ਟੀਚਰ ਹੁੰਦਾ ਸੀ, ਆਉਣ ਵਾਲੇ ਸਮੇਂ ਦੇ ਵਿੱਚ ਉਹ 1300 ਟੀਚਰ ਹੋ ਜਾਏਗਾ। ਪਹਿਲਾਂ ਹੁੰਦਾ ਸੀ ਕਿ ਜੇ ਇੱਕ ਕਲਾਸ ਦੇ ਵਿੱਚੋਂ 6 ਬੱਚੇ ਕਹਿ ਦੇਣ ਮੈਂ ਪੰਜਾਬੀ ਪੜ੍ਹਨੀ ਹੈ, ਤਾਂ ਪ੍ਰਿੰਸੀਪਲ ਇੱਕ ਟੀਚਰ ਦਾ ਅਰੇਂਜਮੈਂਟ ਕਰਦਾ ਸੀ ਪੰਜਾਬੀ ਅਕੈਡਮੀ ਤੋਂ। ਹੁਣ ਆਪਾਂ ਕਰ ਦਿੱਤਾ, ਭਾਵੇਂ 1 ਬੱਚਾ ਹੋਵੇ ਜਾਂ ਨਾ ਹੋਵੇ, ਪੰਜਾਬੀ ਦਾ ਟੀਚਰ ਹੋਏਗਾ ਹੀ ਹੋਏਗਾ, ਜਦੋਂ ਹੋਏਗਾ ਤੇ ਆਪੇ ਪੰਜਾਬੀ ਪੜ੍ਹਨਗੇ। ਫਿਰ ਗੱਲ ਆਈ ਆਪਾਂ 1984 ਦੇ ਕਤਲੇਆਮ ਨੂੰ ਲੈ ਕੇ, ਇਹ ਮੋਦੀ ਦੀ ਸਰਕਾਰ ਨੇ ਦਿੱਲੀ ਸਰਕਾਰ ਦੇ ਇਲੈਕਸ਼ਨ ਤੋਂ ਪਹਿਲਾਂ 13 ਚੈੱਕ ਵੰਡ ਦਿੱਤੇ, ਉਸ ਤੋਂ ਬਾਅਦ ਚੁੱਪ ਕਰਕੇ ਬਹਿ ਗਏ। ਅਸੀਂ 5-5 ਲੱਖ ਦੇ ਚੈੱਕ ਆਪ ਵੰਡੇ ਹੈ, ਦਿੱਲੀ ਦੀ ਸਰਕਾਰ ਦੇ ਬਜਟ ਤੋਂ ਵੰਡੇ ਹੈ। ਇਹਨਾਂ ਨੇ ਚੁੱਪ
ਬਚਾ ਕਰ ਲਿੱਤੀ ਕੱਲ ਜਦੋਂ ਵੀ ਆਉਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਤਾਬਦੀ ਆਈ ਸਾਨੂੰ ਸ਼੍ਰੋਮਣੀ ਕਮੇਟੀ ਦਾ ਇੱਕ ਲੈਟਰ ਆਇਆ ਅਰਵਿੰਦ ਕੇਜਰੀਵਾਲ ਨੇ ਮੈਨੂੰ ਪੁੱਛਿਆ ਕਹਿੰਦੇ ਲੈਟਰ ਆਇਆ ਜੀ ਇੱਕ ਨਗਰ ਕੀਰਤਨ ਹੋਣਾ ਉਹਨਾਂ ਦੀ ਸ਼ਹਾਦਤ ਬਾਰੇ ਕੀ ਕਰੀਏ ਮੈਂ ਕਿਹਾ ਦਿੱਲੀ ਦੀ ਸਰਕਾਰ ਮੁੱਖ ਮੰਤਰੀ ਬਾਰਡਰ ਤੇ ਜਾ ਕੇ ਉਹਨੂੰ ਅਗਵਾਨੀ ਕਰੇਗਾ ਉੱਥੋਂ ਜਾ ਕੇ ਉਹਨੂੰ ਲੈਣ ਜਾਏਗਾ ਸਵਾਗਤ ਕਰੇਗਾ ਮੈਨੂੰ ਕਹਿੰਦੇ ਇਹਦੇ ਵਿੱਚ ਕੋਈ ਖਾਸ ਗੱਲ ਮੈਂ ਕਿਹਾ ਖਾਸ ਗੱਲ ਇਹ ਕਿ 300 ਸਾਲ ਪਹਿਲਾਂ ਦਿੱਲੀ ਦੀ ਇੱਕ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਮੈਂ ਚਾਹੁੰਦਾ 300 ਸਾਲ ਬਾਅਦ ਦਿੱਲੀ ਦੀ ਸਰਕਾਰ ਸ਼ਹਾਦਤ ਨੂੰ ਪ੍ਰਣਾਮ ਕਰੇ ਤੇ ਦਿੱਲੀ ਦਾ ਮੁੱਖ ਮੰਤਰੀ ਗਿਆ ਉਹਨੇ ਉੱਥੇ ਜਾ ਕੇ ਸਵਾਗਤ ਕੀਤਾ ਮੱਥਾ ਟੇਕਿਆ ਫਿਰ ਕਹਿੰਦੇ ਹੋਰ ਕੀ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਮਹਿਰੋਲੀ ਦੇ ਕੋਲ ਉਹ ਤੋਂ ਬਾਅਦ ਉਹਨਾਂ ਦਾ ਸੰਸਕਾਰ ਬਾਰਾਂਪੁਲਾ ਪਿੰਡ ਜੇ ਕਿਸੇ ਨੇ ਗੁਰਦੁਆਰਾ ਬਾਲਾ ਸਾਹਿਬ ਵੇਖਿਆ ਹੋਵੇ ਉੱਥੇ ਮਾਤਾ ਸਾਹਿਬ ਕੌਰ ਦਾ ਅੰਗੀਠਾ ਹੈ ਉੱਥੇ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਦਾ ਸੰਸਕਾਰ ਹੋਇਆ ਸੀ ਯਮੁਨਾ ਦੇ ਬਿਲਕੁਲ ਕਿਨਾਰੇ ਉੱਥੇ ਬਾਰਾਂਪੁਲਾ ਪਿੰਡ ਹੈ ਮੇਰੇ ਘਰ ਤੋਂ ਬਿਲਕੁਲ 1 ਕਿਲੋਮੀਟਰ ਦੂਰ ਹੈ ਤੇ ਉੱਥੋਂ ਨਾ ਬਾਰਾਂਪੁਲਾ ਫਲਾਈਓਵਰ ਰੱਖਿਆ ਸੀ ਅਸੀਂ ਉਸ ਬਾਰਾਂਪੁਲਾ ਫਲਾਈਓਵਰ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਉੱਤੇ ਰੱਖ ਦਿੱਤਾ ਇਹ ਕੋਈ ਅਹਿਸਾਨ ਨਹੀਂ ਕੀਤਾ ਇਹ ਸ਼ਰਧਾ ਦੇ ਫੁੱਲ ਭੇਟ ਕੀਤੀ ਹੈ ਇੱਕ ਗੱਲ ਹੋਰ ਮੈਂ ਦੱਸ ਦਿੰਦਾ ਬੜੀ ਛੇਤੀ ਆਪਾਂ ਆਨੰਦ ਮੈਰਿਜ ਐਕਟ ਵੀ ਦਿੱਲੀ 'ਚ ਲਾਗੂ ਕਰਾਉਣ ਜਾ ਰਹੇ ਹਾਂ ਉਹਦੇ ਬਾਰੇ ਖਰੜਾ ਤਿਆਰ ਹੋ ਚੁੱਕਾ ਹੈ ਜਿਹਦੇ ਵਿੱਚ ਮੈਂ ਵੀ ਆਪਣੀਆਂ 3-4 ਸੰਸ਼ੋਧਨ ਦਿੱਤੇ ਨੇ ਤੇ ਉਹਦੇ ਨਾਲ ਜਿਹੜਾ ਸਾਡੇ ਦਿਲਾਂ 'ਚ ਭਖਦਾ ਮਸਲਾ ਸੀ ਸਿੱਖ ਆਇਡੈਂਟੀ ਦਾ ਵੀ ਇਹ ਸਾਨੂੰ ਕਹਿੰਦੇ ਐਂਟੀ ਸਿੱਖ ਇਹ ਸਾਰੇ ਮਸਲੇ ਅਸੀਂ ਕਰ ਦਿੱਤੇ ਆਨੰਦ ਮੈਰਿਜ ਐਕਟ ਅਸੀਂ ਦਿੱਲੀ 'ਚ ਲਾਗੂ ਕਰ ਰਹੇ ਪੰਜਾਬ 'ਚ ਅੱਜ ਤੱਕ ਲਾਗੂ ਕਿਉਂ ਨਹੀਂ ਕੀਤਾ ਬਾਦਲ ਸਾਹਿਬ ਦੱਸ ਦਿਓ ਅੱਜ ਤੱਕ ਤੁਸੀਂ ਲਾਗੂ ਨਹੀਂ ਕੀਤਾ ਤੁਸੀਂ ਗੱਲਾਂ ਕਰਦੇ ਰਹੋ ਮੁੰਡਾ ਬਣਵਾਉਂਦੇ ਰਹੋ ਪਰ ਕਰਨਾ ਕੁਝ ਨਹੀਂ ਇਹ ਸੱਚ ਜਾਣ ਹੁਣ ਕਈ ਲੋਕ ਕਹਿੰਦੇ ਕਿ ਆਮ ਆਦਮੀ ਪਾਰਟੀ ਆਊਗੀ ਕੀ ਕਰੂਗੀ ਨਹੀਂ ਕਰੂਗੀ ਕੀ ਹੋਏਗਾ ਕੀ ਨਹੀਂ ਹੋਏਗਾ ਇਹ ਤਾਂ ਭਵਿੱਖ ਦੇ ਗਰਭ 'ਚ ਮੈਂ ਕਹਿ ਦੇਣਾ ਜਾਦੂ ਦੀ ਛੜੀ ਕੋਈ ਨਹੀਂ ਪਰ ਬਿਨਾਂ ਵਰਤਾਇਆ ਬਿਨਾਂ ਵਰਤਿਆ ਆਪਾਂ ਕਿੱਦਾਂ ਕਹਿ ਦਈਏ ਕੌਣ ਕੀ ਕਰੇਗਾ ਤੇ ਕੌਣ ਕੀ ਨਹੀਂ ਕਰੇਗਾ ਇੰਨਾ ਮੈਂ ਕਹਿ ਦੇਣਾ ਭਲਾ ਕਰਨ ਜਾਂ ਨਾ ਕਰਨ ਪਰ ਜਿੰਨਾ ਬੁਰਾ ਤੁਸੀਂ ਕੀਤਾ ਕੋਈ ਕਰ ਨਹੀਂ ਸਕਦਾ ਜਿੰਨਾ ਮਾੜਾ ਤੁਸੀਂ ਕੀਤਾ ਕੋਈ ਕਰ ਨਹੀਂ ਸਕਦਾ ਪਰ ਗਾੜੀ ਵਰਗੇ ਕਾਂਡ ਤਾਂ ਨਹੀਂ ਹੋਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਚੇ ਮਹਾਰਾਜ ਦੇ ਪੱਤਰੇ ਤੁਸੀਂ ਰੋਲ ਦਿੱਤੇ ਇਹ ਆਪ ਸੁਖਬੀਰ ਬਾਦਲ ਨੇ ਇਹ ਕੰਮ ਕਰਾਏ ਹੈ ਅੱਜ ਕੁਰਾਨ ਸ਼ਰੀਫ ਨਾਲ ਇਹ ਕੰਮ ਕਰਾਏ ਹੈ ਕਿਉਂਕਿ ਇਹਨਾਂ ਦੇ ਕੋਲ ਕੋਈ ਹੋਰ ਹੈ ਨਹੀਂ ਵੀ ਆਪਾਂ ਨੂੰ ਵੋਟਾਂ ਕਿਉਂ ਦਿਓ ਇਹ ਕੰਮ ਕਰਦੇ ਜੇ ਬੱਚੇ ਪ੍ਰੋਟੈਸਟ ਕਰਦੇ ਤੇ ਗੋਲੀਆਂ ਚਲਾ ਕੇ 2 ਸਿੱਖਾਂ ਨੂੰ ਮਾਰ ਦਿੱਤਾ ਜੇ ਗ੍ਰਿਫਤਾਰ ਕੀਤਾ ਤੇ ਨਿਰਦੋਸ਼ਾਂ ਨੂੰ ਗ੍ਰਿਫਤਾਰ ਕਰਕੇ ਫੜ ਦਿੱਤਾ ਕੀ ਕੀਤਾ ਇਹ ਬਾਦਲ ਸਰਕਾਰ ਜਿਹੜੀ ਹੈ ਐਂਟੀ ਪੰਥਕ ਹੋ ਚੁੱਕੀ ਹੈ ਇਹ ਬਾਦਲ ਸਰਕਾਰ ਹੈ ਪੰਥ ਦੀ ਸਰਕਾਰ ਤੇ ਉੱਥੇ ਉਹ ਕੈਪਟਨ ਅਮਰਿੰਦਰ ਸਿੰਘ ਕਮਲਨਾਥ ਵਰਗੇ ਜਿਨ੍ਹਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਹਮਲਾ ਹੋਇਆ ਉੱਥੇ ਉਹ ਬਾਹਰ ਖੜੇ ਹੋ ਕੇ ਹਮਲਾ ਕਰਾ ਰਹੇ ਸੀ ਨਾਨਾ ਵਿਟੀ ਕਮਿਸ਼ਨ ਦੀ ਰਿਪੋਰਟ ਪੜ੍ਹ ਲਓ ਸੰਜੇ ਸੂਰੀ ਦੀ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਪੜ੍ਹ ਲਓ ਸੁਭਾਸ਼ ਟੰਡਨ ਪੁਲਿਸ ਕਮਿਸ਼ਨਰ ਉੱਥੇ ਖੜਾ ਸੀ ਭਾਈ ਮੁਖਤਿਆਰ ਸਿੰਘ ਦਾ ਹਲਫਨਾਮਾ ਪੜ੍ਹ ਲਓ ਜਿਹਦੇ ਵਿੱਚੋਂ ਬਾਅਦ 'ਚੋਂ ਰਕਾਬਗੰਜ ਸਾਹਿਬ 'ਚ ਮੈਨੇਜਰ ਹੋ ਕੇ ਹੁਣੇ ਰਿਟਾਇਰ ਹੋਇਆ ਉਹ ਉਸ ਵੇਲੇ ਸੇਵਾਦਾਰ ਸੀ ਕਹਿੰਦਾ 2 ਸਿੱਖ ਉੱਥੇ ਕਤਲ ਹੋਏ ਇੱਕ ਬਾਬੇ ਨੇ ਹੱਥ ਜੋੜੇ 3 ਮੂਰਤੀ ਤੋਂ ਇੰਦਰਾ ਗਾਂਧੀ ਜਿੱਥੇ ਦੇਹ ਰੱਖੀ ਸੀ ਉੱਥੋਂ ਭੀੜ ਲੈ ਕੇ ਕਮਲਨਾਥ ਗੁਰਦੁਆਰਾ ਰਕਾਬਗੰਜ ਸਾਹਿਬ ਆਇਆ ਸਿਰਫ 1-2 ਕਿਲੋਮੀਟਰ ਦੂਰ ਹੈ ਆ ਕੇ ਉਹਨੇ ਹਮਲਾ ਕਰਾਇਆ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਗੋਲੀਆਂ ਚਲਵਾਈਆਂ ਕਿੱਥੇ ਦੇ ਗੁਰਦੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਰਬਾਨੀ ਕੀਤੀ ਸੀ ਤਿਲਕ ਜੰਜੂ ਰੱਖ ਪ੍ਰਮਤਾਤਾ ਤਿੰਨੋਂ ਬੜੋ ਕਲੂ ਮੇ ਸਾਦਾ ਧਰਮ ਹੇਤ ਕੀਤੀ ਜਿਨ ਕਰੀ ਸ਼ੀਸ ਦੀਆ ਪਰ ਸੀ ਨਾ ਉਚਰੀ ਪਰ ਇਹਨਾਂ ਨੇ ਹਮਲਾ ਕਰਾਇਆ ਸ਼ੀਸਗੰਜ ਸਾਹਿਬ ਤੇ ਤੇ ਰਕਾਬਗੰਜ ਸਾਹਿਬ ਤੇ ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਮਲਨਾਥ ਦਾ ਰੋਲ ਕੋਈ ਨਹੀਂ ਸੀ ਸ਼ਰਮ ਨਹੀਂ ਆਉਂਦੀ ਇਹ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜਗਦੀਸ਼ ਟਾਈਟਲਰ ਦਾ ਰੋਲ ਕੋਈ ਨਹੀਂ ਸੀ ਉਹ ਪੁਲ ਬੰਗਸ ਦੇ ਗੁਰਦੁਆਰੇ ਵਿੱਚ ਜਦੋਂ ਬਾਦਲ ਸਿੰਘ ਨੂੰ ਮਾਰਿਆ ਜਦੋਂ 3 ਉੱਥੇ ਕਤਲ ਹੋਏ ਸੁਰਿੰਦਰ ਸਿੰਘ ਗ੍ਰੰਥੀ ਉਹਦਾ ਵਿਟਨੈਸ ਸੀ ਇਹ ਕਿ ਸ਼ਰਮ ਨਹੀਂ ਆਉਂਦੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਦੇ ਲਈ ਤੂੰ ਅੱਜ ਝੂਠ ਬੋਲਣ ਦੇ ਉੱਤਰ ਆਇਆ ਇਹ ਸੱਚਾਈ ਹੈ ਇਹਨਾਂ ਨੇ ਕੋਈ ਭਲਾ ਨਹੀਂ ਕਰਨਾ ਪਹਿਲਾਂ ਕੈਪਟਨ ਨੇ ਬਾਦਲ ਨੂੰ ਬੰਦ ਕੀਤਾ ਸੀ ਬਾਦਲ ਨੇ ਫਿਰ ਉਹਨਾਂ ਤੇ ਕੇਸ ਪਾਇਆ ਜਦੋਂ ਸਿਟੀ ਸੈਂਟਰ ਦਾ ਸਕੈਮ ਚੱਲਿਆ ਇਹਨਾਂ ਨੇ ਸਮਝੌਤਾ ਕਰ ਲਿਆ ਅੱਜ ਮਿਲੇ ਹੋਏ ਹੈ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਆਉਂਦਾ ਨਸ਼ੇ ਤੇ ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਇਹਦਾ ਰੋਲ ਨਹੀਂ ਹੈ ਇਹ ਹੁਣ ਮਿਲ ਚੁੱਕੇ ਹੈ ਇਹਨਾਂ ਨੇ ਉਹਦੇ ਕਰਪਸ਼ਨ ਨੂੰ ਬਚਾਉਣਾ ਉਹਨਾਂ ਨੇ ਉਹਨਾਂ ਦੇ ਕਰਪਸ਼ਨ ਨੂੰ ਬਚਾਉਣਾ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦਾ ਪਰ ਬਾਦਲ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰਦਾ ਸੱਚ ਜਾਣਿਆ ਜੇ ਇਹ ਆਪਸ 'ਚ ਮਿਲੇ ਹੋਏ ਆ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਪੈਣਾ ਇਹ ਆਮ ਲੋਕ ਨੇ ਇਹਨਾਂ ਵਿੱਚ ਕੋਈ ਰਵਾਇਤੀ ਨਹੀਂ ਮੇਰੇ ਖਾਨਦਾਨ 'ਚ ਕਿਸੇ ਨੇ ਰਾਜਨੀਤੀ ਨਹੀਂ ਕੀਤੀ ਅਰਵਿੰਦ ਕੇਜਰੀਵਾਲ ਦੇ ਖਾਨਦਾਨ 'ਚ ਕਿਸੇ ਨੇ ਰਾਜਨੀਤੀ ਨਹੀਂ ਕੀਤੀ ਭਗਵੰਤ ਮਾਨ ਦੇ ਖਾਨਦਾਨ 'ਚ ਕਿਸੇ ਨੇ ਰਾਜਨੀਤੀ ਨਹੀਂ ਕੀਤੀ ਅੱਜ ਆਮ ਲੋਕ ਖੜੇ ਹੋ ਰਹੇ ਆ ਤੁਸੀਂ ਵੀ ਜਿਹੜੇ ਇੰਨੇ ਆ ਕੇ ਖੜੇ ਹੋਏ ਹੋ ਮੈਨੂੰ
ਕਿਸੇ ਪਾਰਟੀ ਨਾਲ ਕੋਈ ਸਾਜ ਰਹੀ ਹੋਏਗੀ ਕਿ ਨਹੀਂ ਰਹੀ ਹੋਏਗੀ। ਅੱਜ ਆਮ ਬੰਦੇ ਖੜੇ ਹੋਏ ਆ, ਇਹਨਾਂ ਆਮ ਲੋਕਾਂ ਦੀ ਇੱਕ ਮੁਹਿੰਮ ਖੜੀ ਹੋਈ ਆ, ਇਹਨੂੰ ਸਾਂਭਣਾ ਵੀ ਅਸੀਂ ਆ। ਸਾਡੇ ਕੋਲ ਤਜਰਬਾ ਨਹੀਂ ਹੋ ਸਕਦਾ, ਹੋ ਸਕਦਾ ਕਿ ਕੋਈ ਗਲਤੀਆਂ ਹੋਣ, ਪਰ ਘਰ ਸਾਡਾ, ਪਰਿਵਾਰ ਸਾਡਾ, ਇਹਨੂੰ ਬਚਾਉਣਾ ਵੀ ਅਸੀਂ ਹੈ, ਇਹਨੂੰ ਠੀਕ ਕਰਨਾ ਵੀ ਅਸੀਂ ਹੈ। ਯਾਦ ਰੱਖਿਆ ਜੇ ਸਾਡੇ ਕੋਲ ਇਹ ਮੌਕਾ ਫਿਰ ਫਿਰ ਨਹੀਂ ਆਉਣਾ। ਕਹਿੰਦੇ ਹੈ ਕਿ ਬਈ ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਕੱਢ ਭੀਤਰ ਤੂੰ ਦੇਖ ਵਿਚਾਰ। ਇੱਕ ਬੰਦਾ ਅੱਜ ਇੱਕ ਕੋਸ਼ਿਸ਼ ਕਰ ਰਿਹਾ ਅਰਵਿੰਦ ਕੇਜਰੀਵਾਲ, ਮੈਂ ਉਹਦੇ ਨਾਲ ਜਦੋਂ 2009 'ਚ ਮੈਂ ਛਿੱਤਰ ਮਾਰਿਆ ਚਿਦੰਬਰਮ ਦੇ, ਮੈਂ ਰਾਜਨੀਤੀ 'ਚ ਨਹੀਂ ਆਉਣਾ ਸੀ। ਉਸ ਵੇਲੇ ਮੇਰਾ ਇਰਾਦਾ ਨਹੀਂ ਸੀ, ਅਕਾਲੀਆਂ ਨੇ ਕਿਹਾ ਵੀ ਆ ਜਾਓ, ਮੈਂ ਕਿਹਾ ਮੈਂ ਨਹੀਂ ਹੁੰਦਾ। ਮੱਕੜ ਕਹਿੰਦਾ ਵੀ ਤੁਸੀਂ ਇੱਥੇ SGPC 'ਚ ਬਣ ਜਾਓ, ਮੈਂ ਕਿਹਾ ਮੈਂ ਨਹੀਂ ਬਣਦਾ, ਮੈਂ ਮਨਾ ਕਰਤਾ। 2009 ਤੋਂ ਲੈ ਕੇ 2014 ਤੱਕ ਮੈਂ ਸਿਆਸਤ 'ਚ ਨਹੀਂ ਆਇਆ। 2013 'ਚ ਅਰਵਿੰਦ ਕੇਜਰੀਵਾਲ ਜੀ ਨੇ ਮੈਨੂੰ ਕਿਹਾ ਤੁਸੀਂ ਇਲੈਕਸ਼ਨ ਲੜੋ, ਮੈਂ ਕਿਹਾ ਮੈਂ ਇਲੈਕਸ਼ਨ ਨਹੀਂ ਲੜਨੀ, ਕਿਉਂਕਿ ਮੈਂ, ਮੇਰਾ ਵਿਸ਼ਵਾਸ ਉੱਠ ਚੁੱਕਾ ਪੋਲੀਟੀਕਲ ਪਾਰਟੀਆਂ ਤੋਂ, ਮੈਂ ਨਹੀਂ ਜਾਣਦਾ ਕੀ ਹੋਣਾ, ਮੈਂ ਨਹੀਂ ਲੜਾਂਗਾ। ਮੈਂ 2013 ਦਾ ਇਲੈਕਸ਼ਨ ਨਹੀਂ ਲੜਿਆ, ਪਰ ਜਦੋਂ ਸਰਕਾਰ ਬਣੀ ਅਸੀਂ ਇਹਨਾਂ ਨੂੰ ਕਿਹਾ 84 ਦੇ ਉੱਤੇ SIT ਬਣਾਓ, ਇਹਨਾਂ ਨੇ ਬਣਾਈ। ਅਸੀਂ ਕਿਹਾ ਭੁੱਲਰ ਦੇ ਮਸਲੇ ਤੁਸੀਂ ਕਰੋਗੇ ਹਿਊਮੈਨਟੇਰੀਅਨ, ਉਹਨਾਂ ਨੇ ਕੋਸ਼ਿਸ਼ ਕੀਤੀ, ਉਹਨਾਂ ਨੇ ਚਿੱਠੀ ਲਿਖੀ ਕਿ ਇਹ ਫਾਂਸੀ ਤੋੜੀ ਜਾਵੇ, ਫਿਰ ਅਸੀਂ ਕੈਸੇ ਦੇ ਚਾਹਵਾਂਗੇ। ਕਿਉਂ? ਇਹ ਬੰਦਾ ਹਿੰਦੂ ਦੀ, ਸਿੱਖ ਦੀ, ਮੁਸਲਿਮ ਦੀ, ਈਸਾਈ ਦੀ ਗੱਲ ਨਹੀਂ ਕਰਦਾ, ਇਹ ਸੱਚ ਦੀ ਗੱਲ ਕਰ ਰਿਹਾ, ਇਨਸਾਨੀਅਤ ਦੀ ਗੱਲ ਕਰ ਰਿਹਾ। ਆਮ ਆਦਮੀ ਪਾਰਟੀ ਇੱਕ ਧਰਮ ਦੀ ਰਾਜਨੀਤੀ ਨਹੀਂ ਕਰਦੀ, ਜਾਤ ਦੀ ਰਾਜਨੀਤੀ ਨਹੀਂ ਕਰਦੀ, ਕਿਸੇ ਫਿਰਕੇ ਦੀ ਰਾਜਨੀਤੀ ਨਹੀਂ ਕਰਦੀ, ਇਹ ਆਮ ਬੰਦੇ ਦੀ ਰਾਜਨੀਤੀ ਕਰਦੀ ਹੈ। ਅੱਜ ਉਹ ਕਰਪਸ਼ਨ ਤੋਂ ਦੁਖੀ ਹੈ, ਅੱਜ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਅੱਜ ਹਾਲਾਤ ਇਹ ਹੋ ਚੁੱਕੇ, ਨਸ਼ੇ ਦੇ ਵਿੱਚ ਬੱਚੇ ਮਰ ਰਹੇ ਨੇ, ਸਾਡੇ ਪੰਜਾਬ ਘੁਲ ਰਿਹਾ, ਸਾਡਾ ਪੰਜਾਬ ਹੈ, ਇਹਨੂੰ ਬਚਾਉਣਾ ਵੀ ਅਸੀਂ ਹੈ। ਸਾਨੂੰ ਰਲ ਮਿਲ ਕੇ ਕਹਿੰਦੇ ਹੋਏ 71 ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਮਿਲ ਕੇ ਬਹਿ ਕੇ ਇਕੱਠੇ ਹੋ ਕੇ ਵਹਿਣ ਬਣ ਕੇ ਅਸੀਂ ਕਿਸੇ ਪਾਸੇ ਤੁਰ ਸਕਦੇ ਹਾਂ। ਅਲੱਗ ਅਲੱਗ ਬੂੰਦਾ ਹੋ ਕੇ ਵਹਿਣ ਨਹੀਂ ਬਣਨਾ ਤੇ ਕਿਸੇ ਪਾਸੇ ਤੁਰ ਨਹੀਂ ਪਾਵਾਂਗੇ, ਇੰਨੇ ਕੁ ਲਫ਼ਜ਼ ਕਹਿੰਦਾ ਹੋਇਆ ਮੈਨੂੰ ਸ਼ਾਇਦ ਕਿਤੇ ਛੇਤੀ ਜਾਣਾ ਵੀ ਹੈ, ਤੇ ਮੈਂ ਤੁਹਾਡੇ ਤੋਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। PIL ਪਾਈ ਹੋਈ ਸੀ ਉਹ BJP ਦੀ ਮਧੂ ਕਿਸ਼ਵਰ ਨੇ ਪਾਈ ਸੀ, ਜਿਹੜੀ ਮਾਨੁਸ਼ੀ ਸੰਗਠਨ ਵਾਲੀ, ਜਿਹੜੀ ਮੋਦੀ ਦੀ ਕੰਪੇਨ ਨੂੰ ਹੈਡ ਕਰਨ ਵਾਲੀ, ਜਿਹਨੇ ਅਜੇ ਕੱਲ ਵੀ ਇੱਕ ਟਵਿੱਟਰ ਪਾਇਆ ਹੋਇਆ ਸੀ ਯਾਦ ਹੋਏਗਾ, ਜਿਹੜਾ ਬਿਹਾਰ ਦੀ ਸੜਕਾਂ ਦੇ ਉੱਤੇ ਮੋਦੀ ਵਾਲਾ, ਇਹਨੇ ਪਾਈ ਸੀ। ਦੂਜੀ ਗੱਲ, ਜਦੋਂ ਪਾਈ ਉਹਦਾ ਆਰਡਰ ਹੋਇਆ ਤੇ ਇਹਨੂੰ ਇੰਪਲੀਮੈਂਟ ਕੀਤਾ MCD ਨੇ ਤੇ ਦਿੱਲੀ ਦੀ ਪੁਲਿਸ ਨੇ, MCD BJP ਕੋਲ ਤੇ ਦਿੱਲੀ ਪੁਲਿਸ BJP ਕੋਲ। ਇਹਨਾਂ ਨੇ 30 ਤਰੀਕ ਨੂੰ ਮੀਟਿੰਗ ਕੀਤੀ ਤੇ ਇਹਨਾਂ ਨੇ ਫੈਸਲਾ ਕੀਤਾ ਕਿ 6 ਤਰੀਕ ਨੂੰ ਅਸੀਂ ਉਹਨੂੰ ਤੋੜਿਆ ਜਾਵੇਗਾ। 5 ਤਰੀਕ ਹੁਕਮ ਕੀਤਾ ਕਿ 6 ਤਰੀਕ ਨੂੰ ਆਪਾਂ ਜਾ ਕੇ ਉਹ ਤੋੜਾਂਗੇ ਤੇ ਸਵੇਰੇ 10 ਵਜੇ। ਇਹਨਾਂ ਨੇ ਫਿਰ 5 ਤਰੀਕ ਨੂੰ ਮੀਟਿੰਗ ਕੀਤੀ, 5 ਤਰੀਕ ਨੂੰ ਬਿਲਕੁਲ ਸ਼ਾਮ ਨੂੰ ਮੀਟਿੰਗ ਕੀਤੀ, ਉਹਦੇ ਜਲਕਾ ਲਾਂਬਾ ਵੀ ਗਈ। ਉਹਨੇ ਪੁੱਛਿਆ ਕਿ ਤੁਸੀਂ ਸਾਰਿਆਂ ਨਾਲ ਗੱਲ ਕਰ ਲਈ ਹੈ ਜਾਂ ਕੋਈ ਇਨਕਰੋਚਮੈਂਟ ਹੈ, ਇਹਨਾਂ ਨੇ ਕਿ ਸਾਡੀ ਸਾਰੀ ਗੱਲ ਹੋ ਗਈ, ਸਭ ਨੂੰ ਸਮਝਾ ਦਿੱਤਾ, ਸਭ ਨੂੰ ਦੱਸ ਦਿੱਤਾ, ਕੋਈ ਦਿੱਕਤ ਨਹੀਂ ਹੈ। ਉਹਨੂੰ ਇਹਨਾਂ ਨੇ ਭਰਮ ਭੁਲੇਖੇ 'ਚ ਪਾ ਕੇ ਉਹਦੀ ਗਲਤੀ ਹੈ, ਉਹਨੂੰ ਇਹ ਸਮਝਣਾ ਚਾਹੀਦਾ ਸੀ ਕਿ ਇਹ ਤੇਰੇ ਨਾਲ ਗੇਮ ਖੇਡ ਰਹੇ ਆ, ਉਹਨੂੰ ਪਤਾ ਨਹੀਂ ਸੀ। ਬਾਅਦ ਚੋਂ ਕਿਹਾ ਮੈਨੂੰ ਦੱਸਿਆ ਹੀ ਨਹੀਂ ਇਹਨਾਂ ਨੇ, ਇਹ ਤੋੜਿਆ ਇਹਨਾਂ ਨੇ। ਜਦੋਂ ਇਹ ਤੋੜਿਆ, ਮੈਂ ਅਰਵਿੰਦ ਕੇਜਰੀਵਾਲ ਨਾਲ ਆਪ ਗੱਲ ਕੀਤੀ, ਉਹਨੇ ਅਗਲੇ ਦਿਨ ਕੋਰਟ ਦੀ ਫਿਰ ਸੁਣਵਾਈ ਸੀ, ਕੋਰਟ ਚਾਹੁੰਦਾ ਸੀ ਕੀ ਕੀਤਾ, ਇੰਪਲੀਮੈਂਟ ਕੀਤਾ ਕਿ ਨਹੀਂ ਕੀਤਾ। ਅਸੀਂ ਆਪਣੇ ਵਕੀਲ ਨੂੰ ਉਸੇ ਵੇਲੇ ਸੰਜੇ ਘੋਸ਼ ਨੂੰ ਕੋਰਟ 'ਚ ਭੇਜਿਆ, ਕੋਰਟ 'ਚ ਜਾ ਕੇ ਉਹਨੇ ਇੰਟਰਵੀਨ ਕੀਤਾ ਔਰ ਕਿਹਾ ਕਿ ਦਿੱਲੀ ਸਰਕਾਰ ਹੈ ਪਿਆਉ ਤੋੜਨ ਦੇ ਬਿਲਕੁਲ ਖਿਲਾਫ ਹੈ। ਹਾਲਾਂਕਿ ਜੱਜ ਨੇ ਕਿਹਾ ਤੁਸੀਂ ਰਾਜਨੀਤੀ ਕਰ ਰਹੇ ਹੋ, ਉਹਨੇ ਕਿਹਾ ਰਾਜਨੀਤੀ ਕਰ ਰਹੇ ਹਾਂ ਨਹੀਂ ਕਰ ਰਹੇ ਸਾਨੂੰ ਨਹੀਂ ਪਤਾ, ਦਿੱਲੀ ਦੀ ਸਰਕਾਰ ਚਾਹੁੰਦੀ ਹੈ ਕਿ ਪਿਆਉ ਨਾ ਤੋੜਿਆ ਜਾਏ। ਜਿੱਥੇ ਉੱਥੇ ਭਾਈ ਮਤੀਦਾਸ ਚੌਂਕ ਹੈ, ਉਹ 30 ਜੂਨ 2015 ਨੂੰ ਮੈਂ ਆਪ ਆਪਣੇ PWD ਮਿਨਿਸਟਰ ਸਤਿੰਦਰ ਜੈਨ ਦੇ ਨਾਲ ਬਿਲਕੁਲ ਸਾਰੇ ਮਿਨਟਸ ਪਏ ਹੈ, ਅਸੀਂ ਉੱਥੇ ਮੈਮੋਰੀਅਲ ਬਣਾਉਣ ਦਾ ਫੈਸਲਾ ਕਰ ਚੁੱਕੇ ਹਾਂ। ਇਸ ਕਰਕੇ ਸਿਰਫ ਭਰਮ ਭੁਲੇਖਾ ਬਣਾਉਣ ਦੀ ਕੋਸ਼ਿਸ਼ ਕਰਦੇ ਹੈ। ਇਹਨਾਂ ਨੂੰ ਸੀਗਾ ਕਿ ਸਵੇਰੇ 10 ਵਜੇ ਤੋੜਨ ਆਉਣਗੇ, MCD ਨੇ ਇਹਨੂੰ ਦੱਸਿਆ ਹੋਇਆ ਸੀ, ਪਰ ਉਹਨਾਂ ਨੇ ਬਦਮਾਸ਼ੀ ਕੀਤੀ, ਉਹ ਸਵੇਰੇ 6 ਵਜੇ ਆ ਗਏ। ਇਹ ਗੱਲ ਮੈਨੂੰ ਅਕਾਲੀਆਂ ਨੇ ਆਪ ਦੱਸੀ, SGPC ਵਾਲਿਆਂ ਨੇ, ਕਿ ਬਈ ਆਹ ਸਾਡੇ ਨਾਲ ਗਲਤੀ ਹੋ ਗਈ, ਹੁਣ ਤੁਸੀਂ ਕੋਈ ਰਾਹ ਲੱਭ ਦਿਓ। ਇਹ ਦਿੱਕਤ ਫਿਰ ਕਹਿ ਦਿੰਦੇ ਹੈ
ਬੰਦਾ ਸਿੰਘ ਬਹਾਦਰ ਦਾ ਪੁੱਤ ਨਹੀਂ ਲਾਉਣ ਦਿੰਦੇ ਜੀ। ਆ ਦਿੱਲੀ ਸਰਕਾਰ ਨੇ ਸਾਨੂੰ ਫੈਸਲਾ ਨਹੀਂ ਕੀਤਾ। ਜਦੋਂ ਇਹ ਗਏ ਮਾਰਚ ਦੇ ਵਿੱਚ ਲੈ ਕੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਇਹਨਾਂ ਨੂੰ ਲੈਟਰ ਦਿੱਤੀ ਹੈ ਕਿ ਮੈਂ ਤੁਹਾਨੂੰ ਅਪਰੂਵਲ ਦੇਣਾ ਅਰਜੈਂਸੀ ਆਫ ਮੈਟਰ ਨੂੰ ਦੇਖਦੇ ਹੋਏ ਕਿ ਤੁਸੀਂ ਬੁੱਤ ਲਗਾਓ। ਉਹਦੇ ਉੱਤੇ ਸਟੇ ਲਗਾਇਆ ਸੁਪਰੀਮ ਕੋਰਟ ਨੇ, ਸੁਪਰੀਮ ਕੋਰਟ ਨੇ ਸਾਰੇ ਸਟੇ ਲਗਾ ਰੱਖਿਆ ਬੁੱਤ ਲਗਾਉਣ ਦੇ ਉੱਤੇ। ਹੁਣ ਇਹ ਗੱਲ ਛੁਪਾ ਜਾਂਦੇ ਆ। ਜਦੋਂ ਮੈਂ ਕਿਹਾ ਵੀ ਸੁਪਰੀਮ ਕੋਰਟ ਨੇ ਸਟੇ ਲਾਈ ਹੈ, ਇੱਕ ਬੁੱਤ ਨੇ ਸਾਰੀ ਜਗ੍ਹਾ ਲਾਈ ਹੈ, ਤੁਸੀਂ ਸੁਪਰੀਮ ਕੋਰਟ 'ਚ ਜਾ ਕੇ ਚੈਲੰਜ ਕਰੋ। ਦਿੱਲੀ ਗਵਰਨਮੈਂਟ ਦਾ ਲੈਟਰ ਮੇਰੇ ਕੋਲ ਹੁਣ ਵੀ ਪਿਆ ਮੇਰੇ ਮੋਬਾਈਲ ਦੇ ਵਿੱਚ, ਅਸੀਂ ਉਹਨਾਂ ਨੂੰ ਅਪਰੂਵਲ ਦੇ ਚੁੱਕੇ ਹਾਂ। ਇਹ ਕਰਦੇ ਕਿ ਆਰਐਸਐਸ ਤੋਂ ਸਿੱਖ ਗਏ ਆ ਕਿ ਝੂਠ ਬੋਲੀ ਜਾਓ, ਝੂਠ ਬੋਲੀ ਜਾਓ ਤੇ ਲੋਕੀ ਸ਼ਾਇਦ ਸੱਚ ਮੰਨਣਾ ਸ਼ੁਰੂ ਹੋ ਜਾਣਗੇ। ਪਰ ਲੋਕੀ ਸਿਆਣੇ ਆ ਤੇ ਜਵਾਬ ਸਾਡੇ ਕੋਲ ਸਾਰੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਜੀ, ਮੈਂ ਸਾਰੇ ਵੀਰਾਂ ਨੂੰ ਰਿਕੁਐਸਟ ਕਰਦਾ ਕਿ